ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਸਾਰੇ ਹੀ ਭਲੀ ਭਾਂਤ ਜਾਣਦੇ ਹੋ ਕਿ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਕਰੋਨਾ ਦੇ ਪ੍ਰਕੋਪ ਨੂੰ ਮਹਾਂਮਾਰੀ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਇਹ ਸਮੁੱਚੇ ਵਿਸ਼ਵ ਦੇ ਹਰ ਖੇਤਰ ਦੇ ਅੰਦਰ ਦਿਨ ਬ ਦਿਨ ਫੈਲਦੀ ਜਾ ਰਹੀ ਹੈ। ਜੇਕਰ ਤੁਸੀਂ ਅਖਬਾਰਾਂ ਦੇ ਵਿੱਚ ਜਾਂ ਸਮਾਜਿਕ ਮਾਧਿਅਮਾਂ ਵਿੱਚ ਪ੍ਰਕਾਸ਼ਿਤ ਹੋ ਰਹੀ ਜਾਣਕਾਰੀ ਵੱਲ ਧਿਆਨ ਦਿਓ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ ਦਿਨੋ ਦਿਨ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਔਰ ਲੋਕਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ। ਜੇਕਰ ਸੰਸਾਰ ਦੇ ਕਿਸੇ ਖਿੱਤੇ ਦੇ ਅੰਦਰ ਇਸ ਬਿਮਾਰੀ ਦੇ ਉੱਪਰ ਕਾਬੂ ਵੀ ਪਾਇਆ ਗਿਆ ਹੈ ਤਾਂ ਉਹ ਲੋਕਾਂ ਦੇ ਸੰਜਮ, ਲੋਕਾਂ ਦੇ ਅਨੁਸ਼ਾਸਨ ਔਰ ਚੰਗੀਆਂ ਸਰਕਾਰਾਂ ਦੀਆਂ ਚੰਗੀਆਂ ਕਾਰਗੁਜ਼ਾਰੀਆਂ ਦੇ ਸਦਕਾ ਉਹਨਾਂ ਖਿੱਤਿਆਂ ਦੇ ਵਿੱਚ ਇਸ ਦੇ ਉੱਪਰ ਕਾਬੂ ਪਾਇਆ ਗਿਆ ਹੈ। ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਜਾਂ ਫਿਰ ਕਹਿ ਲਈਏ ਕਿ ਸਮੁੱਚੇ ਭਾਰਤ ਦਾ ਸਵਾਲ ਹੈ, ਇੱਥੋਂ ਦੇ ਹਰ ਬਸ਼ਿੰਦੇ ਨੂੰ, ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਆਪ ਚੁੱਕਣੀ ਪਵੇਗੀ। ਉਹਦਾ ਕਾਰਨ ਹੈ ਕਿ ਇੱਥੋਂ ਦੀਆਂ ਲੋਟੂ ਸਰਕਾਰਾਂ ਨੇ ਨਾ ਤਾਂ ਆਮ ਜਨਤਾ ਦੇ ਵਾਸਤੇ ਕੋਈ ਇੰਨੇ ਪ੍ਰਬੰਧ ਕਰਨੇ ਨੇ ਔਰ ਨਾ ਹੀ ਅਜੇ ਤੱਕ ਇਹਨਾਂ ਦੇ ਵੱਲੋਂ ਕੋਈ ਅਜਿਹੇ ਹਸਪਤਾਲ ਜਾਂ ਫਿਰ ਆਈਸੋਲੇਸ਼ਨ ਸੈਂਟਰ ਜਾਂ ਫਿਰ ਲੋਕਾਂ ਦੇ ਇਲਾਜ ਦੇ ਵਾਸਤੇ ਕੋਈ ਸ਼ਫਾਖਾਨੇ, ਦਵਾਖਾਨੇ ਜਾਂ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਨਾਲ ਇਸ ਮਹਾਂਮਾਰੀ ਤੋਂ ਆਮ ਜਨਤਾ ਨੂੰ ਬਚਾਇਆ ਜਾ ਸਕੇ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਪਾਵਨ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਬਾਰ ਬਾਰ ਪੜ੍ਹਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁੱਖ ਰਾਸ। ਬੇਸ਼ੱਕ ਇਹ ਗੱਲ ਜਿਹੜੀ ਹੈ ਹਰ ਸੰਦੇਹ ਤੋਂ ਮੁਕਤ ਹੈ ਕਿ ਸਭ ਕੁਛ ਪਰਮਾਤਮਾ ਦੇ ਹੱਥ ਦੇ ਵਿੱਚ ਹੈ, ਪਰ ਜਦੋਂ ਅਸੀਂ ਤੀਨ ਤਾਪ ਦੀ ਵਿਆਖਿਆ ਕਰਦੇ ਹਾਂ ਤਾਂ ਇੱਕ ਪ੍ਰਣਾਲੀ ਇਸ ਦੇ ਤਿੰਨਾਂ ਤਾਪਾਂ ਨੂੰ ਤਿੰਨ ਸ਼੍ਰੇਣੀਆਂ ਦੇ ਵਿੱਚ ਵੰਡ ਕੇ ਸਾਡੇ ਸਾਹਮਣੇ ਪ੍ਰਭਾਸ਼ਿਤ ਕਰਦੀ ਹੈ ਕਿ ਇੱਕ ਅਧਿਆਤਮਿਕ ਰੋਗ ਹਨ ਜਿਹਨਾਂ ਦਾ ਸੰਬੰਧ ਵਿਕਾਰਾਂ ਦੇ ਨਾਲ ਹੈ। ਮਨੁੱਖ ਦੇ ਅੰਦਰ ਕ੍ਰੋਧ ਦਾ ਆਉਣਾ, ਹੋਮੇ ਦਾ ਆਉਣਾ, ਇਹ ਸਾਰੇ ਅਧਿਆਤਮਿਕ ਰੋਗ ਹਨ। ਦੂਸਰੇ ਰੋਗ ਨੇ ਜਿਹੜੇ ਆਦ ਭੌਤਿਕ ਨੇ, ਜਿਹੜੇ ਕੁਦਰਤੀ ਵਰਤਾਰਿਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨੁੱਖ ਦੇ ਸਰੀਰਕ ਸੰਤੁਲਨ ਨੂੰ ਖਰਾਬ ਕਰਦੇ ਨੇ, ਉਹ ਆਦ ਭੌਤਿਕ ਰੋਗ ਨੇ। ਔਰ ਜਿਹੜੇ ਤੀਸਰੇ ਰੋਗ ਨੇ ਉਹ ਆਦ ਦੈਵਿਕ ਨੇ, ਜਿਸ ਤਰ੍ਹਾਂ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਣਾ, ਹੜ੍ਹਾਂ ਦੇ ਨਾਲ ਨੁਕਸਾਨ ਹੋ ਜਾਣਾ, ਇਹ ਜਿਹੜੇ ਰੋਗ ਨੇ ਇਹ ਆਦ ਦੈਵਿਕ ਨੇ। ਇਸੇ ਤਰ੍ਹਾਂ ਜਦੋਂ ਅਸੀਂ ਜਿਹੜੇ ਨਵੀਨਤਮ ਸਰੋਤ ਨੇ ਉਹਨਾਂ ਦੇ ਵਿੱਚ ਜਾਂ ਇਸ ਸ਼ਬਦ ਨੂੰ ਆਧੁਨਿਕ ਵਿਆਖਿਆ ਪ੍ਰਣਾਲੀ ਦੇ ਰੂਪ ਦੇ ਵਿੱਚ ਵੇਖਦੇ ਹਾਂ ਤੇ ਫਿਰ ਸਾਡੇ ਸਾਹਮਣੇ ਤੀਨ ਤਾਪ ਦੇ ਜਿਹੜੇ ਨੇ ਉਹ ਤਿੰਨ ਅਰਥੀ ਆ ਜਾਂਦੇ ਨੇ ਕਿ ਆਦ, ਵਿਆਦ ਔਰ ਅਸਾਦ, ਭਾਵ ਕਿ ਸਰੀਰਕ ਰੋਗ, ਮਾਨਸਿਕ ਰੋਗ ਔਰ ਕਰਮ ਰੋਗ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਬਹੁਤ ਸਾਰੇ ਮਨੋਵਿਗਿਆਨੀ ਇਸ ਗੱਲ ਦੇ ਉੱਪਰ ਬਿਲਕੁਲ ਇੱਕਮਤ ਨੇ ਕਿ ਜੇਕਰ ਮਨੁੱਖ ਮਨ ਕਰਕੇ ਬਲਵਾਨ ਹੈ
ਤਾਂ ਤਕਰੀਬਨ ਤਨ ਕਰਕੇ ਉਸ ਦੀ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਬਹੁਤ ਵੱਧ ਜਾਂਦੀ ਹੈ, ਜਿਸ ਨੂੰ ਅਸੀਂ ਹਾਈ ਸਪਿਰਿਟਸ ਜਾਂ ਫਿਰ ਚੜ੍ਹਦੀ ਕਲਾ ਦੇ ਨਾਮ ਦੇ ਨਾਲ ਆਪਣੀ ਮਾਂ ਬੋਲੀ ਦੇ ਵਿੱਚ ਸੰਬੋਧਿਤ ਹੁੰਦੇ ਹਾਂ। ਔਰ ਜਿੰਨੇ ਕੁ ਲੋਕ ਰਿਕਵਰ ਹੋਏ ਨੇ ਇਸ ਬਿਮਾਰੀ ਦੇ ਦੌਰਾਨ, ਜੇਕਰ ਤੁਸੀਂ ਉਹਨਾਂ ਦੇ ਬਿਆਨ ਜਾਂ ਜਿਹੜੀਆਂ ਉਹਨਾਂ ਦੀਆਂ ਇੰਟਰਵਿਊ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ, ਤਾਂ ਬੜਾ ਸਪਸ਼ਟ ਹੈ ਕਿ ਉਹਨਾਂ ਲੋਕਾਂ ਨੇ ਕਿਹਾ ਹੈ ਕਿ ਅਸੀਂ ਇਸ ਬਿਮਾਰੀ ਦਾ ਜਾਂ ਇਸ ਮਹਾਂਮਾਰੀ ਦਾ ਮੁਕਾਬਲਾ ਤਾਂ ਕਰ ਸਕੇ ਹਾਂ ਕਿ ਅਸੀਂ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ, ਕਹਿ ਸਕਦੇ ਹਾਂ ਕਿ ਸੁਰਤ ਨੂੰ ਬਲਵਾਨ ਦੀ ਅਵਸਥਾ ਦੇ ਵਿੱਚ ਰੱਖਿਆ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਾਵਨ ਗੁਰਬਾਣੀ ਦੇ ਸਦਕਾ ਜਿਹੜਾ ਮਨ ਹੈ, ਜਿਹੜੀ ਸੁਰਤ ਹੈ, ਉਹ ਬਲਵਾਨ ਹੁੰਦੀ ਹੈ ਅਤੇ ਮਨੁੱਖ ਦੀ ਸਰੀਰਕ ਰੋਗਾਂ ਦੇ ਨਾਲ ਮੁਕਾਬਲਾ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਵੱਧਦੀ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲ ਬਹੁਤ ਜ਼ਰੂਰੀ ਹੈ ਕਿ ਗੁਰਦੇਵ ਪਾਤਸ਼ਾਹ ਨੇ ਸਰੀਰਕ ਰੋਗਾਂ ਦੇ ਇਲਾਜ ਦੇ ਵਾਸਤੇ ਵੀ ਵਿਸ਼ੇਸ਼ ਉਪਰਾਲੇ ਕੀਤੇ। ਜਿਸ ਵੇਲੇ ਪੰਜਾਬ ਦੇ ਵਿੱਚ ਕੋਹੜ ਦਾ ਰੋਗ ਬੜੇ ਵੱਡੇ ਪੱਧਰ ਦੇ ਉੱਪਰ ਫੈਲਿਆ ਤਾਂ ਉਸ ਵੇਲੇ ਪੰਚਮ ਪਾਤਸ਼ਾਹ ਨੇ ਕੋਹੜੀਆਂ ਦੇ ਇਲਾਜ ਦੇ ਵਾਸਤੇ ਤਰਨ ਤਾਰਨ ਸਾਹਿਬ ਵਿਖੇ, ਕਹਿ ਸਕਦੇ ਕਿ ਉਸ ਵੇਲੇ ਦੇਸ਼ ਦਾ ਸਭ ਤੋਂ ਵੱਡਾ ਇੱਕ ਸ਼ਫਾਖਾਨਾ ਜਾਂ ਉਸ ਸਮੇਂ ਦਾ ਇੱਕ ਆਧੁਨਿਕ ਹਸਪਤਾਲ ਜਿਹੜਾ ਸੀ ਉਹ ਤਿਆਰ ਕੀਤਾ। ਵੈਸੇ ਪਹਿਲੇ ਜਾਮੇ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਦੀਪਾਲਪੁਰ ਦੇ ਕੋਹੜੀ ਦੇ ਨਾਲ ਵਾਰਤਾਲਾਪ ਕਰਦਿਆਂ ਇਹ ਗੱਲ ਸਮਝਾ ਦਿੱਤੀ ਸੀ ਕਿ ਮਨ ਨੂੰ ਅਰੋਗ ਹੋਣ ਦੀ ਅਵਸਥਾ ਦੇ ਵਿੱਚ ਲੈ ਕੇ ਆਓ, ਤਨ ਦੇ ਰੋਗ ਦੂਰ ਹੋ ਜਾਂਦੇ ਨੇ। ਪਰ ਤਨ ਦੇ ਰੋਗਾਂ ਨੂੰ ਦੂਰ ਕਰਨ ਦੇ ਵਾਸਤੇ ਪੰਚਮ ਪਾਤਸ਼ਾਹ ਨੇ ਉਸ ਵੇਲੇ ਔਸ਼ਧੀਆਂ ਦੀ ਵਰਤੋਂ ਜਿਹੜੀ ਸੀ ਆਪਣੇ ਸ਼ਫਾਖਾਨਾ ਦੇ ਵਿੱਚ ਕੀਤੀ। ਸੱਤਵੇਂ ਪਾਤਸ਼ਾਹ ਦੇ ਸਮੇਂ ਜਿਹੜਾ ਉਹਨਾਂ ਦਾ ਸ਼ਫਾਖਾਨਾ ਹੈ, ਜਾਂ ਕਹਿ ਸਕਦੇ ਹੋ ਕਿ ਉਸ ਸਮੇਂ ਦਾ ਜਿਹੜਾ ਉਹ ਵੈਦਖਾਨਾ ਹੈ, ਉਹ ਆਪਣੇ ਆਪ ਦੇ ਵਿੱਚ ਇਸ ਸਮੁੱਚੇ ਦੇਸ਼ ਦੇ ਵਿੱਚ ਇੱਕ ਐਸਾ ਸ਼ਫਾਖਾਨਾ ਸੀ ਕਿ ਜੇਕਰ ਉਸ ਸਮੇਂ ਮੌਕੇ ਦੇ ਸ਼ਹਿਨਸ਼ਾਹ ਦਾ ਪੁੱਤਰ ਵੀ ਬਿਮਾਰ ਹੁੰਦਾ ਹੈ ਤਾਂ ਉਹਦੇ ਇਲਾਜ ਦੇ ਵਾਸਤੇ ਜਿਹੜੀਆਂ ਔਸ਼ਧੀਆਂ ਦੀ ਜਾਂ ਫਿਰ ਜਿਹੜੀਆਂ ਜੜੀਆਂ ਬੂਟੀਆਂ ਜਾਂ ਫਿਰ ਭਸਮਾਂ ਦੀ ਜ਼ਰੂਰਤ ਸੀ ਉਹ ਗੁਰੂ ਹਰ ਰਾਏ ਸਾਹਿਬ ਦੇ ਸ਼ਫਾਖਾਨੇ ਦੇ ਵਿੱਚੋਂ ਹੀ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਜੇਕਰ ਦਿੱਲੀ ਦੇ ਵਿੱਚ ਚੱਕ ਇਵੇਂ ਦੀ ਬਿਮਾਰੀ ਫੈਲਦੀ ਹੈ ਜਿਹੜੀ ਛੂਤ ਦੀ ਬਿਮਾਰੀ ਹੈ, ਅਤੇ ਅੱਠਵੇਂ ਪਾਤਸ਼ਾਹ ਉੱਥੇ ਜਾ ਕੇ ਉਹਨਾਂ ਰੋਗੀਆਂ ਦੀ ਸੇਵਾ ਕਰਦੇ ਨੇ, ਉਹਨਾਂ ਦੀ ਸਾਰ ਲੈਂਦੇ ਨੇ, ਜਦੋਂ ਕਿ ਉਸ ਸਮੇਂ ਦੀ ਜਿਹੜੀ ਸਰਕਾਰ ਆ ਉਹਦੇ ਵੱਲੋਂ ਲੋਕਾਂ ਦੇ ਵਾਸਤੇ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ। ਸੋ ਇਹ ਗੱਲ ਬੜੀ ਸਪਸ਼ਟ ਹੈ ਕਿ ਗੁਰਦੇਵ ਪਾਤਸ਼ਾਹ ਨੇ ਅਜਿਹੇ ਮੌਕਿਆਂ ਦੇ ਉੱਪਰ ਸਿੱਖ ਨੂੰ ਸੇਧ ਦਿੱਤੀ ਹੈ ਕਿ ਜਿੱਥੇ ਉਹਨੇ ਮਨ ਕਰਕੇ ਬਲਵਾਨ ਰਹਿਣਾ ਹੈ, ਉੱਥੇ ਉਸ ਨੇ ਤਨ ਕਰਕੇ ਪੀੜਿਤ ਲੋਕਾਂ ਦੀ ਸੇਵਾ ਵੀ ਕਰਨੀ ਹੈ। ਔਰ ਜਿਹੜੇ ਅਜੋਕੇ ਸਮੇਂ ਦੇ ਵਿੱਚ ਜਿਹੜੀ ਬਿਮਾਰੀ ਹੈ, ਜੇਕਰ ਤੁਸੀਂ ਅੱਜ ਦੇ ਅੰਕੜੇ ਵੇਖੋ ਤਾਂ 2.5 ਲੱਖ ਦੇ ਕਰੀਬ ਲੋਕ ਜਿਹੜੇ ਨੇ ਇਸ ਤੋਂ ਪੀੜਿਤ ਨੇ, ਤਕਰੀਬਨ 12,000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਿਹੜੀ ਮੌਤ ਹੋ ਚੁੱਕੀ ਹੈ, ਇਹਨਾਂ ਦੇ ਅੰਕੜੇ ਜਿਹੜੇ ਨੇ ਉਹ ਨੇ ਜਿਹੜੇ ਪ੍ਰਕਾਸ਼ਿਤ ਹੋਏ ਨੇ, ਪਰ ਬਹੁਤ ਸਾਰੇ ਮਾਹਰਾਂ ਦਾ ਵਾਨ ਹੈ ਕਿ ਵੱਖ ਵੱਖ ਦੇਸ਼ਾਂ ਦੇ ਵਿੱਚ ਜਿੰਨੀ ਮੌਤਾਂ ਦੀ ਗਿਣਤੀ ਹੈ ਉਸ ਨੂੰ ਪੂਰਨ ਰੂਪ ਦੇ ਵਿੱਚ ਮੀਡੀਏ ਦੇ ਵਿੱਚ ਨਹੀਂ ਦੱਸਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਭੜਕਾਹਟ ਪੈਦਾ ਨਾ ਹੋਵੇ। ਹੁਣ ਅਸੀਂ ਆਉਂਦੇ ਹਾਂ ਇਸ ਬਿਮਾਰੀ ਦੇ ਇਲਾਜ ਦੇ ਵੱਲ, ਜੋ ਕਿ ਅੱਜ ਤੱਕ ਕਹਿ ਸਕਦੇ ਹਾਂ ਕਿ ਪਰਪੱਕ ਨਹੀਂ ਹੈ। ਹੁਣ ਇਹਦਾ ਜਿਹੜਾ ਇਲਾਜ ਹੈ ਉਹ ਸੰਜਮ ਹੈ, ਔਰ ਸੰਜਮ ਸਰੀਰਕ ਬਿਮਾਰੀਆਂ ਦਾ ਇੱਕ ਐਸਾ ਇਲਾਜ ਹੈ ਜਿਹੜਾ ਕਿ ਇਲਾਜ ਦੇ ਨਾਲ ਨਾਲ ਦਵਾਈ ਦੇ ਜਿੰਨਾ ਹੀ ਜ਼ਰੂਰੀ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜਾ ਸਪਸ਼ਟ ਕਿਹਾ, ਪੂਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁੱਖ ਸਹਿਜਾ ਸਮਾਈਏ। ਕਿ ਤੁਹਾਡਾ ਵੈਦ ਕੋਲ ਜਾਣ ਦਾ, ਤੁਹਾਡਾ ਦਵਾਈ ਲੈਣ ਦਾ ਵੀ,
ਜਿੰਨਾ ਵੀ ਇਹ ਪ੍ਰਯੋਜਨ ਹੈ ਉਸਦਾ ਲਾਭ ਤਾਂ ਹੀ ਹੈ ਜੇਕਰ ਅਸੀਂ ਸਾਰੀ ਇਸ ਦਵਾਈ ਖਾਣ ਦੀ ਪ੍ਰਕਿਰਿਆ ਨੂੰ ਪਰਹੇਜ਼ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਦੇ ਹਾਂ। ਇਹ ਜਿਹੜੀ ਮਹਾਂਮਾਰੀ ਫੈਲੀ ਹੋਈ ਹੈ, ਸਭ ਤੋਂ ਪਹਿਲਾਂ ਇਸ ਦੇ ਲੱਛਣਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਹਦੇ ਜਿਹੜੇ ਲੱਛਣ ਨੇ, ਇੱਕ ਆਮ ਜਿਹੜਾ ਫਲੂ ਹੁੰਦਾ ਹੈ ਜਿਸ ਨੂੰ ਅਸੀਂ ਸਰਦੀਆਂ ਦਾ ਆਮ ਖਾਂਸੀ ਜ਼ੁਕਾਮ ਕਹਿ ਦਿੰਦੇ ਹਾਂ, ਇਹ ਲੱਛਣ ਬਿਲਕੁਲ ਉਹਦੇ ਨਾਲ ਰਲਦੇ ਮਿਲਦੇ ਨੇ। ਪਰ ਇਹ ਰਲਦੇ ਮਿਲਦੇ ਲੱਛਣ ਜਦੋਂ ਇਹਨਾਂ ਦੇ ਉੱਪਰ ਸੰਜਮ ਅਖਤਿਆਰ ਨਹੀਂ ਕੀਤਾ ਜਾਂਦਾ, ਭਾਵ ਕਿ ਇਹਨਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ, ਅਤੇ ਇਹ ਵੱਧਦੇ ਹੋਏ ਉਸ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੇ ਨੇ ਜਿਸ ਦਾ ਫਿਰ ਅੰਤ ਵਿੱਚ ਜਾ ਕੇ ਕੋਈ ਇਲਾਜ ਨਹੀਂ ਰਹਿ ਜਾਂਦਾ। ਇਹਨਾਂ ਦੀ ਆਰੰਭਤਾ ਤਾਂ ਨੱਕ ਦੇ ਵਿੱਚੋਂ ਪਾਣੀ ਵਗਣਾ, ਛਿੱਕਾਂ ਆਉਣੀਆਂ, ਸਿਰ ਦਰਦ, ਬੁਖਾਰ, ਸਾਹ ਲੈਣ ਦੇ ਵਿੱਚ ਤੰਗੀ ਜਾਂ ਫਿਰ ਵੀਜ਼ਿੰਗ ਸਾਊਂਡਸ ਜਿਹਨੂੰ ਅਸੀਂ ਸਾਹ ਲੈਣ ਦੇ ਦੌਰਾਨ ਦਮੇ ਵਰਗੀਆਂ ਆਵਾਜ਼ਾਂ ਕਹਿੰਦੇ, ਸਾਹ ਸਾਹ ਦੀਆਂ ਆਵਾਜ਼ਾਂ, ਇਹਨਾਂ ਦੀ ਸ਼ੁਰੂਆਤ ਤਾਂ ਇਸ ਤਰ੍ਹਾਂ ਹੁੰਦੀ ਹੈ, ਪਰ ਹੌਲੀ ਹੌਲੀ ਇਹ ਨਮੂਨੀਏ ਤੋਂ ਲੈ ਕੇ ਜਦੋਂ ਅਗਲੇਰੀ ਅਵਸਥਾ ਦੇ ਵਿੱਚ ਪਹੁੰਚਦੇ ਨੇ ਅਤੇ ਸਰੀਰ ਦੇ ਜਿਹੜੇ ਅੰਦਰੂਨੀ ਅੰਗ ਨੇ ਉਹ ਬਹੁਤ ਬੁਰੀ ਤਰੀਕੇ ਦੇ ਨਾਲ ਨਕਾਰਾਤਮਕ ਰੂਪ 'ਚ ਚਲੇ ਜਾਂਦੇ ਨੇ, ਭਾਵ ਕਿ ਨਕਾਰਾ ਹੋ ਜਾਂਦੇ ਨੇ, ਅਤੇ ਫਿਰ ਅੰਤ ਦੇ ਵਿੱਚ ਮਨੁੱਖ ਨੂੰ ਬਚਾਉਣ ਦਾ ਕੋਈ ਵੀ ਤਰੀਕਾ ਨਹੀਂ ਬਚਦਾ। ਸੋ ਅੰਤ ਵਾਲੀ ਅਵਸਥਾ ਤੋਂ ਪਹਿਲਾਂ ਜੇਕਰ ਇਸ ਤੋਂ ਮਹਾਂਮਾਰੀ ਤੋਂ ਅਸੀਂ ਬਚਣਾ ਹੈ ਤਾਂ ਸਾਡੇ ਵਾਸਤੇ ਇਸਦਾ ਇੱਕ ਹੀ ਤਰੀਕਾ ਹੈ, ਉਹ ਹੈ ਸੰਜਮ, ਪਰਹੇਜ਼, ਸੁਰੱਖਿਆ ਔਰ ਆਪਣੇ ਆਪ ਨੂੰ ਸੀਮਤ ਰੱਖਣਾ। ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਸਰੀਰਕ ਸਫਾਈ ਵੱਲ ਵਿਸ਼ੇਸ਼ ਧਿਆਨ ਦੇਈਏ, ਖਾਸ ਕਰਕੇ ਹੱਥਾਂ ਦੀ ਸਫਾਈ, ਕਿਉਂਕਿ ਇਹ ਜਿਹੜਾ ਰੋਗ ਹੈ ਇਹ ਐਸਾ ਛੂਤ ਦਾ ਰੋਗ ਹੈ ਜਿਹੜਾ ਛੂਹ ਤੋਂ ਫੈਲਦਾ ਹੈ ਕਿ ਜੇਕਰ ਕਿਸੇ ਇਸ ਤੋਂ ਪ੍ਰਭਾਵਿਤ ਵਿਅਕਤੀ ਨੇ ਕਿਸੇ ਚੀਜ਼ ਨੂੰ ਹੱਥ ਲਗਾਏ ਨੇ ਅਤੇ ਅਣਪ੍ਰਭਾਵਿਤ ਵਿਅਕਤੀ ਵੀ ਉਸ ਵਸਤ ਨੂੰ ਛੂੰਹਦਾ ਹੈ ਤਾਂ ਉਸ ਦੇ ਅੰਦਰ ਇਸ ਰੋਗ ਦੇ ਜੀਵਾਣੂ ਸ਼ਾਮਲ ਹੋ ਸਕਦੇ ਹਨ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਫਾਈ ਦਾ ਅਸੀਂ ਵਿਸ਼ੇਸ਼ ਧਿਆਨ ਰੱਖੀਏ। ਦੂਸਰੀ ਗੱਲ ਇਹ ਹੈ ਕਿ ਸਰੀਰ ਨੂੰ ਜਿਹੜੀ ਪਰਮਾਤਮਾ ਦੇ ਵੱਲੋਂ, ਕੁਦਰਤ ਦੇ ਵੱਲੋਂ ਜਿਹੜੀ ਰੋਗ ਦੇ ਨਾਲ ਲੜਨ ਦੀ ਸਮਰੱਥਾ ਬਖਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ, ਉਸ ਨੂੰ ਬਲਵਾਨ ਕਰਨ ਦੇ ਵਾਸਤੇ ਅਸੀਂ ਬਹੁਤ ਹੀ ਵਧੀਆ ਭੋਜਨ ਜਿਹੜਾ ਹੈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸੰਤੁਲਿਤ ਭੋਜਨ, ਉਸ ਦੀ ਵਰਤੋਂ ਕਰੀਏ ਔਰ ਖਾਸ ਕਰਕੇ ਉਹਨਾਂ ਫਲਾਂ ਔਰ ਉਹਨਾਂ ਸਬਜ਼ੀਆਂ ਦੇ ਉੱਪਰ ਆਪਣੇ ਆਹਾਰ ਨੂੰ ਨਿਰਭਰ ਕਰੀਏ ਜਿਨ੍ਹਾਂ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੋਵੇ। ਬੇਸ਼ੱਕ ਕਿ ਵਿਟਾਮਿਨ ਸੀ ਦੇ ਨਾਲ ਇਸ ਬਿਮਾਰੀ ਦਾ ਇਲਾਜ ਨਹੀਂ ਹੁੰਦਾ, ਪਰ ਵਿਟਾਮਿਨ ਸੀ ਦੇ ਨਾਲ ਮਨੁੱਖ ਦੇ ਅੰਦਰ ਜਿਹੜੀ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ ਉਹ ਵੱਧਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਜਿਹੜਾ ਰੋਗ ਹੈ ਇਹ ਭੀੜ ਵਾਲੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫੈਲਦਾ ਹੈ, ਅਤੇ ਮੇਰੀਆਂ ਤਕਰੀਬਨ ਪੰਜਾਬ ਦੀਆਂ ਸਾਰੀਆਂ ਹੀ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਅਜੋਕੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਮਾਗਮ ਜਾਂ ਜਿਹੜੀ ਇਕੱਠ ਦੀ ਪ੍ਰਕਿਰਿਆ ਹੈ, ਚਾਹੇ ਉਹ ਕੀਰਤਨ ਦਰਬਾਰਾਂ ਦੇ ਰੂਪ ਦੇ ਵਿੱਚ ਹੈ, ਉਹ ਮੀਟਿੰਗਾਂ ਦੇ ਰੂਪ ਦੇ ਵਿੱਚ ਹੈ, ਉਹ ਸਮਾਗਮਾਂ ਦੇ ਰੂਪ ਦੇ ਵਿੱਚ ਹੈ, ਉਹਨੂੰ ਕੁਝ ਸਮੇਂ ਲਈ ਅਜੇ ਜਿਹੜਾ ਉਹ ਅੱਗੇ ਪਾ ਦਿੱਤਾ ਜਾਵੇ, ਕਿਉਂਕਿ ਇਕੱਠ ਦੇ ਵਿੱਚ ਜੇਕਰ ਇੱਕ ਵੀ ਵਿਅਕਤੀ ਇਸ ਤੋਂ ਪੀੜਿਤ ਹੈ ਤਾਂ ਅਨੇਕਾਂ ਵਿਅਕਤੀਆਂ ਵਾਸਤੇ ਉਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਉਸ ਤੋਂ ਅੱਗੇ ਜਿਹੜੀ ਅਹਿਮ ਗੱਲ ਇਹ ਹੈ ਕਿ ਸਾਨੂੰ ਸਭ ਤੋਂ ਵੱਧ ਆਪਣੇ ਆਪ ਨੂੰ ਆਈਸੋਲੇਟ ਕਰਨਾ ਪਵੇਗਾ, ਭਾਵ ਕਿ ਸੀਮਤ ਦਾਇਰੇ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਪਵੇਗਾ ਕਿ ਵੱਧ ਤੋਂ ਵੱਧ ਜਨਤਕ ਤੌਰ 'ਤੇ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਆਉਣ ਤੋਂ ਗਰੇਜ਼ ਕਰੀਏ। ਜੇਕਰ ਕਿਸੇ ਮਜ਼ਬੂਰੀ ਦੀ ਹਾਲਾਤ ਦੇ ਵਿੱਚ ਕਿਸੇ ਅਜ਼ਨਬੀ ਦੇ ਨਾਲ
ਕੋਈ ਗੱਲਬਾਤ ਕਰਨੀ ਪੈਂਦੀ ਹੈ ਤਾਂ 3 ਤੋਂ 5 ਫੁੱਟ ਦੀ ਇੱਕ ਵਿਸ਼ੇਸ਼ ਦੂਰੀ ਬਣਾ ਕੇ ਰੱਖੀਏ, ਜਿੱਥੇ ਸਾਨੂੰ ਲੱਗਦਾ ਹੈ ਕਿ ਇਸ ਬਿਮਾਰੀ ਦੇ ਨਾਲ ਪੀੜਿਤ ਵਿਅਕਤੀ ਦੇ ਅੰਦਰ ਲੱਛਣ ਨੇ ਜਾਂ ਕਿਸੇ ਵਿਅਕਤੀ ਦੇ ਅੰਦਰ ਇਸ ਬਿਮਾਰੀ ਦੇ ਲੱਛਣ ਨੇ ਜਾਂ ਉਹ ਪੀੜਿਤ ਹੋ ਸਕਦਾ ਹੈ, ਉਹਦੇ ਨਾਲ ਮੁਲਾਕਾਤ ਜਾਂ ਮਿਲਣ ਤੋਂ ਪਹਿਲਾਂ ਆਪਣੇ ਮੂੰਹ ਦੇ ਉੱਪਰ ਮਾਸਕ ਦੀ ਵਰਤੋਂ ਕਰੀਏ। ਔਰ ਸਭ ਤੋਂ ਅਹਿਮ ਗੱਲ ਜਿਹੜੀ ਅੱਜ ਮੈਂ ਮਹਿਸੂਸ ਕਰ ਰਿਹਾ ਹੈ ਕਿ ਜੇਕਰ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਪ੍ਰਤੀ ਜਿਹੜੀ ਸਾਡੀ ਪ੍ਰਤੀਕਿਰਿਆ ਹੈ ਉਹ ਭੜਕਾਊ ਨਹੀਂ ਹੋਣੀ ਚਾਹੀਦੀ। ਕਿਤੇ ਇਹ ਨਾ ਹੋਵੇ ਕਿ ਇਸ ਭੜਕਾਊ ਪ੍ਰਤੀਕਿਰਿਆ ਦਾ ਬਹਾਨਾ ਬਣਾ ਕੇ ਸਰਕਾਰ ਦੇ ਵੱਲੋਂ ਇੰਟਰਨੈੱਟ ਸੇਵਾਵਾਂ ਜਿਹੜੀਆਂ ਨੇ ਉਹ ਵੀ ਬੰਦ ਕਰ ਦਿੱਤੀਆਂ ਜਾਣ ਅਤੇ ਉਹਦੇ ਨਾਲ ਜਿੰਨੀ ਕੁ ਜਾਣਕਾਰੀ ਅਸੀਂ ਸਕਾਰਾਤਮਕ ਰੂਪ ਦੇ ਵਿੱਚ ਲੋਕਾਂ ਨੂੰ ਪਹੁੰਚਾ ਸਕਦੇ ਹਾਂ ਅਸੀਂ ਉਹਦੇ ਤੋਂ ਵੀ ਵਾਂਝੇ ਹੋ ਜਾਈਏ। ਜਿਹੜੇ ਗੁਰਦੁਆਰਿਆਂ ਦੇ ਕੋਲ, ਜਿਹੜੀਆਂ ਸੰਸਥਾਵਾਂ ਦੇ ਕੋਲ ਜਾਂ ਜਿਹੜੇ ਇੱਥੋਂ ਤੱਕ ਕਿ ਡੇਰਿਆਂ ਦੇ ਵਿੱਚ ਵੀ ਐਸੀਆਂ ਸਰਾਵਾਂ ਜਾਂ ਲੋਕਾਂ ਦੇ ਵਾਸਤੇ ਰਿਹਾਇਸ਼ੀ ਕੰਪਲੈਕਸ ਬਣੇ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਆਮ ਤੌਰ 'ਤੇ ਅਰੋਗ ਵਿਅਕਤੀ ਰਹਿ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਭੇਜ ਦਿੱਤਾ ਜਾਵੇ ਅਤੇ ਇਹਨਾਂ ਥਾਵਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਕਰਾ ਕੇ, ਖਾਲੀ ਕਰਾ ਕੇ, ਡਿਸਇਨਫੈਕਟ ਕਰਵਾ ਕੇ ਇਹਨਾਂ ਨੂੰ ਬਿਲਕੁਲ ਰਾਖਵੇਂ ਤੌਰ ਦੇ ਉੱਪਰ ਰੱਖ ਲਿਆ ਜਾਵੇ ਕਿ ਜੇਕਰ ਇਹ ਮਹਾਂਮਾਰੀ ਵੱਡੇ ਰੂਪ ਦੇ ਵਿੱਚ ਫੈਲਦੀ ਹੈ ਤਾਂ ਜਿਹੜੇ ਮਰੀਜ਼ ਨੇ ਉਹਨਾਂ ਦੇ ਵਾਸਤੇ ਇਹਨਾਂ ਨੂੰ ਵਰਤਿਆ ਜਾ ਸਕੇ। ਗੁਰਦੁਆਰਿਆਂ ਦੇ ਵਿੱਚ ਜਿਹੜੇ ਵੀਰ ਗ੍ਰੰਥੀ ਸਾਹਿਬਾਨ ਦੀ ਡਿਊਟੀ ਕਰਦੇ ਨੇ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਕਿ ਉਹ ਸਵੇਰੇ ਸ਼ਾਮ ਜੇ ਹੋ ਸਕੇ ਤਾਂ 3 ਟਾਈਮ ਆਪਣੇ ਸਪੀਕਰ ਦੇ ਵਿੱਚ ਲੋਕਾਂ ਨੂੰ ਇਸ ਪੱਖ ਤੋਂ ਜਾਗਰੂਕ ਜ਼ਰੂਰ ਕਰਨ ਕਿ ਸੰਗਤ ਜਿਹੜੀ ਵੀ ਹੈ ਉਹ ਬੇਸ਼ੱਕ ਘਰ ਦੇ ਵਿੱਚ ਬੈਠ ਕੇ ਹੀ ਨਿਤਨੇਮ ਕਰੇ, ਪਰ ਜੇਕਰ ਉਹਨਾਂ ਨੇ ਗੁਰਦੁਆਰੇ ਵੀ ਆਉਣਾ ਹੈ ਤਾਂ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਜਿਹੜੀਆਂ ਹਦਾਇਤਾਂ ਅਸੀਂ ਦੱਸ ਰਹੇ ਹਾਂ ਕਿ ਹੱਥਾਂ ਦੀ ਸਫਾਈ, ਸਰੀਰ ਦੀ ਸਫਾਈ, ਸੰਤੁਲਿਤ ਭੋਜਨ, ਵਿਟਾਮਿਨ ਸੀ ਵਾਲੀਆਂ ਚੀਜ਼ਾਂ ਜਾਂ ਫਿਰ ਆਮ ਜਨਤਕ ਥਾਵਾਂ ਤੋਂ ਪਰਹੇਜ਼ਗਾਰੀ ਕਰਨੀ, ਇਹਨਾਂ ਦਾ ਜਿਹੜਾ ਪ੍ਰਚਾਰ ਹੈ ਇਹਨਾਂ ਵੀਰਾਂ ਨੂੰ ਸੰਗਤ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਆਮ ਬਾਜ਼ਾਰ ਦੇ ਵਿੱਚ ਵੇਖਣ ਦੇ ਵਿੱਚ ਆ ਰਿਹਾ ਹੈ ਕਿ ਲੀਕੁਇਡ ਐਂਟੀਸੈਪਟਿਕ ਜਿਹੜੇ ਡਿਟੋਲ ਹੈ, ਉਸ ਤੋਂ ਇਲਾਵਾ ਡਿਟੋਲ ਸਾਬਣ ਜਾਂ ਫਿਰ ਜਿਹੜੇ ਹੈਂਡ ਸੈਨੇਟਾਈਜ਼ਰ ਨੇ ਉਹਨਾਂ ਦੀ ਕਿੱਲਤ ਮਹਿਸੂਸ ਹੋ ਰਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਮਹਾਂਮਾਰੀ ਤੋਂ ਡਰਦਿਆਂ ਹੋਇਆਂ ਬੜੀ ਕਹਿ ਸਕਦੇ ਹੋ ਕਿ ਇੱਕ ਉਤੇਜਕ ਜਿਹੀ ਅਵਸਥਾ ਦੇ ਵਿੱਚ ਆ ਕੇ ਉਹਨਾਂ ਨੇ ਜਮ੍ਹਾਂਖੋਰੀ ਵਾਲਾ ਰੁਝਾਨ ਬਣਾ ਲਿਆ ਅਤੇ ਆਮ ਵਿਅਕਤੀ ਜਿਹੜਾ ਸੀ ਉਹ ਇਹਨਾਂ ਚੀਜ਼ਾਂ ਤੱਕ ਪਹੁੰਚ ਕਰਨ ਦੇ ਅਸਮਰੱਥ ਹੋ ਗਿਆ ਹੈ। ਸੋ ਉਹਦੇ ਵਾਸਤੇ ਇਹ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਆਮ ਸਾਬਣ ਦੇ ਨਾਲ ਵੀ ਲਗਾਤਾਰ ਹੱਥ ਧੋਣ ਅਤੇ ਵੱਧ ਤੋਂ ਵੱਧ ਆਪਣੇ ਜਿਹੜੇ ਆ ਸਰੀਰ ਦੀ ਸਫਾਈ ਦਾ ਖਿਆਲ ਰੱਖਣ। ਬਸ ਇੰਨੀਆਂ ਕੁ ਬੇਨਤੀਆਂ ਦੇ ਉੱਪਰ ਜੇਕਰ ਅਸੀਂ ਥੋੜ੍ਹਾ ਜਿਹਾ ਧਿਆਨ ਕੇਂਦਰਿਤ ਕਰੀਏ ਤਾਂ ਇਸ ਮਹਾਂਮਾਰੀ ਨੂੰ ਫੈਲਣ ਤੋਂ ਬਚਾਇਆ ਜਾ ਸਕਦਾ ਹੈ। ਪਰ ਜੇਕਰ ਇਸ ਨੇ ਆਪਣਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰੱਖਿਆ, ਸਾਡਾ ਅਵੇਸਲਾਪਨ ਇਸੇ ਤਰ੍ਹਾਂ ਦੇ ਨਾਲ ਹੀ ਰਿਹਾ, ਸੰਗਠਿਤ ਤੌਰ ਦੇ ਉੱਪਰ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਨਾ ਕੀਤੇ ਔਰ ਇਸ ਭਿਆਨਕ ਮਹਾਂਮਾਰੀ ਨੂੰ ਕੇਵਲ ਅਤੇ ਕੇਵਲ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ ਹੀ ਲਿਆ ਅਤੇ ਜਾਂ ਫਿਰ ਕਹਿ ਸਕਦੇ ਹਾਂ ਕਿ ਅਸੀਂ ਆਪਣੀਆਂ ਅੰਤਰ ਵਿਰੋਧੀ ਜਿਹੜੀਆਂ ਲੜਾਈਆਂ ਨੇ ਉਹਨਾਂ ਘਰ ਤਾਂ ਸੋਸ਼ਲ ਮੀਡੀਆ ਨੂੰ ਬਣਾ ਲਿਆ, ਪਰ ਜਦੋਂ ਇਸ ਸਮੁੱਚੇ ਸਮਾਜ ਦੇ ਉੱਪਰ ਇੰਨੀ ਵੱਡੀ ਮਹਾਂਮਾਰੀ ਦਾ ਜਿਹੜਾ ਖਤਰਾ ਉਹ ਮੰਡਰਾ ਰਿਹਾ ਸੀ, ਜੇਕਰ ਇਹਦੇ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਤਾਂ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਅਸੀਂ ਇਸ ਸਮਾਜ ਦੇ ਦੇਣਦਾਰ ਜ਼ਰੂਰ ਹੋਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।